ਗ੍ਰਹਿ ਮੰਤਰੀ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਮਾਮਲੇ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦਾ ਇੱਕ ਉੱਚਰੀ ਡੈਡੀਕੇਸ਼ਨ ਸਤਿਸ਼੍ਰੀ ਸਿੰਘ ਬਾਦਲ ਦੀ ਅਗਵਾਈ ਦੇ ਵਿੱਚ 12:00 ਵਜੇ ਮੈਂ ਮਿਲਣ ਜਾ ਰਿਹਾ। ਔਰ ਮੈਂ ਸਮਝਦਾ ਕਿ ਜਿਸ ਤਰ੍ਹਾਂ ਦਾ ਮਾਹੌਲ ਦੇਸ਼ ਦੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ 350ਵੇਂ ਪ੍ਰਕਾਸ਼ ਦਿਵਸ ਦੇ ਸਮਾਗਮਾਂ 'ਚ ਬਣਿਆ, ਸਾਂਝੀ ਵਾਰਤਾ ਦਾ, ਸਦਭਾਵਨਾ ਦਾ, ਸਰਬੱਤ ਦੇ ਭਲੇ ਦਾ, ਮਾਨਵਤਾ ਦੀ ਸੇਵਾ ਦਾ ਅਸੀਂ ਦੇਸ਼ ਦੇ ਵਿੱਚ ਕਾਇਮ ਰੱਖਣਾ ਚਾਹੁੰਦੇ ਹਾਂ। ਔਰ ਮੈਂ ਸਮਝਦਾ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਸਮੇਤ ਬਹੁਤ ਸਾਰੇ ਬੰਦੀ ਸਿੰਘਾਂ ਦੀ ਰਿਹਾਈ ਉਸ ਸਮਾਗਮਾਂ ਨੂੰ ਸਮਰਪਿਤ ਜਿਹੜੇ ਸੀ ਭਾਰਤ ਸਰਕਾਰ ਨੇ ਕੀਤੀ ਸੀ, ਉਹਦੇ 'ਚ ਕਈ ਭੁਲੇਖੇ ਵੀ ਖੜ੍ਹੇ ਹੋ ਗਏ। ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਸੰਬੰਧੀ ਜਿਹੜੀ ਬਿਆਨਬਾਜ਼ੀ ਗ੍ਰਹਿ ਮੰਤਰੀ ਜੀ ਵੱਲੋਂ ਹੋਈ, ਉਸ ਸੰਬੰਧੀ ਅਸੀਂ ਸਪਸ਼ਟੀਕਰਨ ਲੈਣ ਲਈ ਵੀ ਤੇ ਉਹਦੇ 'ਤੇ ਉਹਨਾਂ ਦੀ ਰਿਹਾਈ ਨੂੰ ਯਕੀਨੀ ਬਣਾਉਣ ਲਈ ਵੀ ਗੱਲ ਕਰਾਂਗੇ। ਪਰ ਉਹਨਾਂ ਨੇ ਸੰਸਦ ਦੇ ਵਿੱਚ ਜਦੋਂ ਕਿਹਾ ਸੀ ਕਿ ਮੈਂ ਸਮਝਦਾ ਕਿ ਸੰਸਦ ਅੰਦਰ ਉਹਨਾਂ ਦਾ ਬਿਆਨ ਕੋਈ ਸਪਸ਼ਟ ਨਹੀਂ ਸੀ, ਇਸੇ ਕਰਕੇ ਅਸੀਂ ਕਹਿੰਦੇ ਹਾਂ ਵੀ ਉਹਦੇ ਸੰਬੰਧੀ ਕਈ ਭੁਲੇਖੇ ਖੜ੍ਹੇ ਹੋ ਗਏ। ਇਹ ਠੀਕ ਆ ਵੀ ਜਿਹੜੀ ਉਹਨਾਂ ਨੇ ਫਾਂਸੀ ਦੀ ਸਜ਼ਾ ਨੂੰ ਉਮਰ ਕੈਦ ਵਿੱਚ ਕਨਵਰਟ ਕਰਨ ਦਾ ਭਾਰਤ ਸਰਕਾਰ ਨੇ ਪਹਿਲਾਂ ਫੈਸਲਾ ਕੀਤਾ ਸੀ, ਉਸ ਸੰਬੰਧੀ ਤਾਂ ਉਹ ਬੋਲੇ ਨਹੀਂ ਹੈ, ਕੇਵਲ ਫਾਂਸੀ ਸਜ਼ਾ ਮਾਫ਼ੀ ਵਾਲੀ ਗੱਲ 'ਤੇ ਉਹ ਬੋਲੇ ਨੇ। ਅਤੇ ਮਾਫ਼ੀ ਜਿਹੜੀ ਰਿਹਾਈ ਵਾਲੀ ਗੱਲ ਆ ਉਹ ਸੈਕਿੰਡ ਪ੍ਰੋਸੈਸ ਸ਼ੁਰੂ ਹੋਣਾ, ਪਹਿਲਾ ਪ੍ਰੋਸੈਸ ਮੁਕੰਮਲ ਹੋਣ 'ਤੇ, ਅਤੇ ਉਹ ਸਾਰੇ 'ਤੇ ਅਸੀਂ ਚਾਹਾਂਗੇ ਕਿ ਉਸ ਪ੍ਰੋਸੈਸ 'ਤੇ ਰੋਕ ਨਾ ਲੱਗੇ। ਇਹਦੇ ਨਾਲ ਜਿਹੜਾ ਸੀਟ ਸ਼ੇਅਰਿੰਗ, ਤੁਸੀਂ ਦਿੱਲੀ ਦੇ ਮੈਂਬਰੀ ਕਮੇਟੀ 'ਚ ਹੋ, ਸੀਟ ਸ਼ੇਅਰਿੰਗ 'ਤੇ ਵੀ ਚਰਚਾ ਹੋਏਗੀ? ਸੀਟ ਸ਼ੇਅਰਿੰਗ ਦਾ ਤਾਂ ਉਸ ਡੈਪੂਟੇਸ਼ਨ ਦੇ ਵਿੱਚ ਕੋਈ ਮਸਲਾ ਨਹੀਂ ਹੈ, ਕਿਉਂਕਿ